ਨੌਜਵਾਨ ਦੋਸਤੋ, ਇਹ ਵਾਰ ਵਾਰ ਤੁਹਾਡੇ ਫੋਨ ਆਉਂਦੇ ਨੇ, ਤੁਸੀਂ ਆਪ ਪੁੱਛਦੇ ਹੋ ਕਿ ਫੌਜ ਭਰਤੀ ਵਾਸਤੇ, ਸੈਂਟਰ ਪੁਲਿਸ ਦੀ ਭਰਤੀ ਵਾਸਤੇ ਜਾਂ ਪੰਜਾਬ ਪੁਲਿਸ ਦੀ ਭਰਤੀ ਵਾਸਤੇ ਕਿਹੜੇ ਕਿਹੜੇ ਡਾਕੂਮੈਂਟਸ ਜਿਹੜੇ ਆ ਉਹ ਜ਼ਰੂਰੀ ਨੇ। ਇਹਨਾਂ 'ਚ ਥੋੜ੍ਹਾ ਬਹੁਤ ਬਦਲਾਅ ਤਾਂ ਹੋ ਸਕਦਾ, ਲੇਕਿਨ ਮੋਟੇ ਤੌਰ 'ਤੇ ਜਿਹੜੇ ਡਾਕੂਮੈਂਟਸ ਤੁਹਾਡੇ ਤਿਆਰ ਚਾਹੀਦੇ ਨੇ ਉਹਨਾਂ ਦੇ ਬਾਰੇ 'ਚ ਮੈਂ ਤੁਹਾਨੂੰ ਕੁਝ ਗੱਲਾਂ ਨੋਟ ਕਰਵਾਊਂਗਾ। ਪਹਿਲੀ ਗੱਲ, ਤੁਹਾਡੇ ਕੋਲ 2 ਕਰੈਕਟਰ ਸਰਟੀਫਿਕੇਟ, ਜਿਹੜੀ ਸੰਸਥਾ ਤੋਂ ਤੁਸੀਂ ਲਾਸਟ ਪੜ੍ਹੇ ਹੋ, ਜਿੱਥੋਂ ਤੁਸੀਂ 10th ਕੀਤੀ ਹੈ ਜਾਂ +2 ਕੀਤੀ ਹੈ ਜਾਂ ਕੋਈ ਹੋਰ ਕੋਈ ਆਪਣੀ ਐਕਟੀਵਿਟੀ ਕੀਤੀ ਹੈ, ਸੋ ਪਹਿਲਾਂ ਤਾਂ ਜਿਹੜੀ ਸੰਸਥਾ ਤੁਸੀਂ ਲਾਸਟ ਅਟੈਂਡ ਕੀਤੀ ਹੈ ਉਹਦਾ ਕਰੈਕਟਰ ਸਰਟੀਫਿਕੇਟ ਜ਼ਰੂਰ ਹੋਵੇ। ਦੂਸਰਾ, ਜਿਸ ਥਾਂ 'ਤੇ ਤੁਸੀਂ ਰਹਿੰਦੇ ਹੋ, ਜੇ ਪਿੰਡ 'ਚ ਰਹਿੰਦੇ ਹੋ ਤਾਂ ਸਰਪੰਚ ਵੱਲੋਂ, ਜਾਂ ਜੇ ਤੁਸੀਂ ਨਗਰ ਕੌਂਸਲ ਦੇ ਵਿੱਚ ਰਹਿੰਦੇ ਹੋ ਤਾਂ MC ਵੱਲੋਂ ਤੁਹਾਨੂੰ ਕਰੈਕਟਰ ਸਰਟੀਫਿਕੇਟ ਜਿਹੜਾ ਹੈ ਉਹ ਬਣਾਉਣਾ ਪਏਗਾ। ਤੀਜਾ ਸਰਟੀਫਿਕੇਟ ਤੁਹਾਡਾ ਹੋਏਗਾ ਅਨਮੈਰਿਡ ਦਾ, ਕਿ ਤੁਸੀਂ ਅਜੇ ਵਿਆਹੇ ਨਹੀਂ ਹੋ। ਚੌਥਾ ਸਰਟੀਫਿਕੇਟ ਹੋਏਗਾ ਨੋ ਕਲੇਮ ਦਾ। ਨੋ ਕਲੇਮ ਦਾ ਮਤਲਬ ਹੈ ਕਿ ਕੋਈ ਵੀ ਭਰਤੀ ਪ੍ਰਕਿਰਿਆ ਦੌਰਾਨ ਤੁਹਾਡੇ ਕੋਈ ਖੁਦਾ ਨਾ ਖਾਸਾ ਕੋਈ ਸੱਟ ਫੇਟ ਲੱਗ ਜਾਵੇ ਤਾਂ ਤੁਸੀਂ ਕਿਸੇ ਕਿਸਮ ਦਾ ਕਲੇਮ ਉਸ ਅਦਾਰੇ 'ਤੇ ਨਹੀਂ ਕਰੋਗੇ, ਚਾਹੇ ਉਹ ਪੰਜਾਬ ਪੁਲਿਸ ਆ, ਚਾਹੇ ਉਹ ਆਰਮੀ ਹੈ ਅਤੇ ਚਾਹੇ ਉਹ ਸੈਂਟਰ ਪੁਲਿਸ ਹੈ। ਇਹ ਹੁਣ ਤੱਕ ਅਸੀਂ 4 ਜਿਹੜੇ ਮੇਨ ਡਾਕੂਮੈਂਟਸ ਆ ਉਹਨਾਂ ਦੀ ਗੱਲ ਕੀਤੀ ਹੈ। ਪੰਜਵਾਂ ਇੱਕ ਡਾਕੂਮੈਂਟ ਤੁਹਾਨੂੰ ਸਦਾ ਯਾਦ ਰਹਿੰਦਾ, ਤੁਹਾਡੇ 10ਵੀਂ ਦਾ ਜਾਂ 12ਵੀਂ ਦਾ ਜਿਹੜਾ ਤੁਹਾਡਾ ਮਾਰਕਸ ਕਾਰਡ ਹੈ ਜਾਂ ਤੁਹਾਡਾ ਜਿਹੜਾ ਸਰਟੀਫਿਕੇਟ ਹੈ। ਅਤੇ 6ਵਾਂ ਡਾਕੂਮੈਂਟ ਤੁਹਾਡਾ ਕਾਸਟ ਸਰਟੀਫਿਕੇਟ ਹੈ, ਜਿਹੜੇ ਕਾਸਟ ਨੂੰ ਵੀ ਤੁਸੀਂ ਬਿਲੋਂਗ ਕਰਦੇ ਹੋ ਉਹਦਾ ਕਾਸਟ ਸਰਟੀਫਿਕੇਟ ਜਿਹੜਾ ਹੈਗਾ ਉਹ ਬਣ ਜਾਂਦਾ, ਤੁਸੀਂ ਉਹ ਕਾਸਟ ਸਰਟੀਫਿਕੇਟ ਨਾਲ ਲੈ ਕੇ ਜਾਣਾ। ਇੱਕ ਹੋਰ ਬੜਾ ਇੰਪੋਰਟੈਂਟ ਡਾਕੂਮੈਂਟ ਹੈ, ਜਿਹੜੀ ਤੁਸੀਂ ਐਂਟਰੀ ਭਰੀ ਹੈ, ਚਾਹੇ ਤੁਸੀਂ joinindianarmy.nic.in ਦੇ ਉੱਤੇ ਲੌਗਇਨ ਕਰਕੇ ਫੌਜ ਭਰਤੀ ਦਾ ਹਿੱਸਾ ਬਣਨ ਜਾ ਰਹੇ ਹੋ, ਅਤੇ ਜਿਹੜਾ ਤੁਹਾਨੂੰ ਪ੍ਰਿੰਟ ਆਊਟ ਮਿਲਿਆ ਲੌਗਇਨ ਕਰਨ ਦੇ ਉੱਤੇ, ਅਤੇ ਉਹ ਆਪਣੇ ਫੋਰਮ ਦਾ ਕਾਪੀ ਜਿਹੜੀ ਆ ਉਹ ਨਾਲ ਲੈ ਕੇ ਜਾਣੀ ਆ, ਜਾਂ ਤੁਸੀਂ ਪੁਲਿਸ ਦੀ ਭਰਤੀ ਦੇ ਵਿੱਚ ਅਗਰ ਕੋਈ ਫੋਰਮ ਭਰਿਆ ਤਾਂ ਫੋਰਮ ਦੀ ਜਿਹੜੀ ਐਂਟਰੀ ਹੈ ਉਹ ਫੋਰਮ ਜਿਹੜਾ ਹੈ ਉਹਦਾ ਪ੍ਰਿੰਟ ਆਊਟ ਤੁਸੀਂ ਨਾਲ ਜ਼ਰੂਰ ਲੈ ਕੇ ਜਾਓ। ਇਸੇ ਤਰ੍ਹਾਂ ਫੋਟੋਗ੍ਰਾਫਸ ਬਾਰੇ ਬੱਚੇ ਬਹੁਤ ਸਾਰੇ ਸਵਾਲ ਪੁੱਛਦੇ ਨੇ ਕਿ ਫੌਜ ਪੁਲਿਸ ਭਰਤੀ ਵਾਸਤੇ ਕਿਹੜੇ ਕਿਹੜੇ ਫੋਟੋਗ੍ਰਾਫਸ, ਕਿੰਨੇ ਫੋਟੋਗ੍ਰਾਫਸ ਅਸੀਂ ਲੈ ਕੇ ਜਾਣੇ। ਪਹਿਲੀ ਗੱਲ, ਫੋਟੋਗ੍ਰਾਫ ਤੁਹਾਡਾ ਬਿਲਕੁਲ ਕਲੀਅਰ ਹੋਵੇ। ਸੈਂਟਰ ਗੌਰਮੈਂਟ ਦੀਆਂ ਬਹੁਤ ਸਾਰੀਆਂ ਜਿਹੜੀਆਂ ਜੋਬਸ ਹੁੰਦੀਆਂ ਉਹ ਜਦੋਂ ਤੁਸੀਂ ਐਡ ਦੇਖਦੇ ਹੋ, ਐਡ ਦੇਖਣ ਤੋਂ ਬਾਅਦ ਇਹ ਜ਼ਰੂਰ ਦੇਖੋ ਕਿਸ ਤਰ੍ਹਾਂ ਦੀ ਫੋਟੋ ਮੰਗੀ ਹੈ। ਫੋਟੋ ਤਾਂ ਪਾਸਪੋਰਟ ਸਾਈਜ਼ ਮੰਗੀ ਹੁੰਦੀ ਹੈ, ਲੇਕਿਨ ਨਾਲ ਲਿਖਿਆ ਹੁੰਦਾ ਕਿ ਉਹਦੀ ਬੈਕਗਰਾਊਂਡ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਹੋ। ਬਹੁਤ ਸਾਰੀਆਂ ਫੋਟੋਆਂ ਇਸ ਕਰਕੇ ਅਪਲੋਡ ਨਹੀਂ ਹੁੰਦੀਆਂ ਕਿਉਂਕਿ ਉਹਦੀ ਬੈਕਗਰਾਊਂਡ ਜਿਹੜੀ ਆ ਬੜੀ ਰੰਗ ਬਿਰੰਗੀ ਹੁੰਦੀ ਹੈ। ਸੋ ਜਿਹੜੇ ਤਰ੍ਹਾਂ ਦੀ ਫੋਟੋ ਮੰਗੀ ਗਈ ਹੈ ਉਸੇ ਤਰ੍ਹਾਂ ਦੀ ਫੋਟੋ ਖਿਚਵਾ ਕੇ ਤੁਸੀਂ ਲੈ ਕੇ ਜਾਓ। ਅਤੇ ਜੇਕਰ ਲੜਕਾ ਪਗੜੀ ਵਾਲਾ ਹੈ ਤਾਂ ਉਹ 24 ਫੋਟੋਆਂ ਲੈ ਕੇ ਜਾਏਗਾ, 12 ਕਵਰਡ ਸਿਰ ਦੇ ਨਾਲ ਅਤੇ 12 ਜਿਹੜੀਆਂ ਉਹ ਅਨਕਵਰਡ ਸਿਰ ਦੇ ਨਾਲ, ਠੀਕ ਹੈ ਜੀ। ਅਤੇ ਜੇ ਲੜਕੇ ਨੇ ਕਟਿੰਗ ਕੀਤੀ ਹੈ ਤਾਂ ਉਹ 12 ਫੋਟੋਆਂ ਦੇ ਨਾਲ ਉਹਦਾ ਗੁਜ਼ਾਰਾ ਚੱਲ ਜਾਏਗਾ। ਇਹ ਸਾਰੇ ਸਰਟੀਫਿਕੇਟ ਜਿਹੜੇ ਆ ਤੁਸੀਂ ਆਪਣੇ ਤਿਆਰ ਕਰਕੇ ਰੱਖੋ। ਭਰਤੀ ਪ੍ਰਕਿਰਿਆ ਲਗਾਤਾਰ ਚੱਲਦੀ ਰਹਿੰਦੀ ਹੈ, ਬਹੁਤੀ ਵਾਰੀ ਆਖਰੀ ਤਰੀਕ 'ਤੇ ਤੁਹਾਨੂੰ ਯਾਦ ਆਉਂਦਾ ਤੁਹਾਡੇ ਕੋਲ ਸਰਟੀਫਿਕੇਟ ਨਹੀਂ ਹੁੰਦੇ, ਇੱਕਾ ਦੁੱਕਾ ਸਰਟੀਫਿਕੇਟ ਇੱਧਰ ਉੱਧਰ ਕੋਈ ਨਵਾਂ ਡਿਮਾਂਡ ਕੀਤਾ ਜਾ ਸਕਦਾ, ਲੇਕਿਨ ਮੁੱਖ ਤੌਰ ਦੇ ਉੱਤੇ ਆਹ ਜਿਹੜੇ ਸਰਟੀਫਿਕੇਟ ਨੇ ਇਹ ਤੁਸੀਂ ਆਪਣੇ ਤਿਆਰ ਕਰਕੇ ਰੱਖੋ ਤਾਂ ਕਿ ਤੁਹਾਨੂੰ ਭਰਤੀ ਪ੍ਰਕਿਰਿਆ ਦੇ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਮੌਕੇ 'ਤੇ ਨਾ ਕਰਨਾ ਪਵੇ। ਵੈਸੇ ਵੀ ਮੈਂ ਨੌਜਵਾਨ ਦੋਸਤਾਂ ਨੂੰ ਇੱਕ ਗੱਲ ਜ਼ਰੂਰ ਕਹੂੰਗਾ, ਤੁਹਾਡੇ ਕੋਲ ਜਿੰਨੇ ਵੀ ਤੁਹਾਡੇ DMCs ਨੇ, ਮਾਰਕਸ ਕਾਰਡ ਨੇ, ਤੁਹਾਡੇ ਕੋਲ ਜਿੰਨੇ ਵੀ ਤੁਹਾਡੇ ਕਾਸਟ ਨਾਲ ਰਿਲੇਟਡ ਸਰਟੀਫਿਕੇਟ ਨੇ, ਤੁਹਾਡੇ ਕੋਲ ਜਿੰਨੀ ਤਰ੍ਹਾਂ ਦਾ ਵੀ ਮਟੀਰੀਅਲ ਹੈ, ਤੁਹਾਡੀ ਫੋਟੋ ਸਮੇਤ ਤੁਹਾਡਾ ਡੇਟ ਆਫ ਬਰਥ ਸਰਟੀਫਿਕੇਟ, ਜਿੰਨੇ ਵੀ ਸਰਟੀਫਿਕੇਟ ਨੇ ਉਹਨਾਂ ਨੂੰ ਸਾਰਿਆਂ ਨੂੰ ਇੱਕ ਫਾਈਲ 'ਚ ਪਾ ਕੇ ਰੱਖੋ। ਜੇ ਹੋ ਸਕੇ ਤਾਂ ਉਹ ਫਾਈਲ ਦੇ ਸਾਰੇ ਸਰਟੀਫਿਕੇਟਸ ਨੂੰ ਇੱਕ ਵਾਰੀ ਸਕੈਨ ਕਰ ਲਓ, ਸਕੈਨ ਕਰਕੇ ਉਹਨੂੰ ਆਪਣੀ ਮੇਲ ਦੇ ਵਿੱਚ ਪਾ ਲਓ। ਬਹੁਤ ਸਾਰੇ ਪਲੇਅਰਸ ਨੂੰ ਇਹ ਬਹੁਤ ਵੱਡੀ ਸਮੱਸਿਆ ਆਉਂਦੀ ਹੈ ਕਿ ਪਲੇਅਰ ਜਿਹੜਾ ਹੈ ਉਹ ਨੈਸ਼ਨਲ ਲੈਵਲ 'ਤੇ ਕਿਤੇ ਖੇਡਣ ਗਿਆ ਹੁੰਦਾ, ਮੁੜ ਕੇ ਉਹਦੇ ਸਟੇਟ 'ਚ ਭਰਤੀ ਨਿਕਲ ਆਉਂਦੀ ਆ, ਉਹ ਜਦੋਂ 1 ਮਹੀਨੇ ਬਾਅਦ ਵਾਪਸ ਆਉਂਦਾ ਉਹਦੇ ਸਰਟੀਫਿਕੇਟ ਉੱਥੇ ਹੁੰਦੇ ਆ, ਨਾ ਉਹਦਾ ਕੋਈ ਦੋਸਤ ਅਪਲਾਈ ਕਰ ਸਕਦਾ ਅਤੇ ਉਹ ਤੋਂ ਬਹੁਤ ਸਾਰੀਆਂ ਭਰਤੀਆਂ ਤੋਂ ਉਹ ਦੂਰ ਰਹਿ ਜਾਂਦਾ।
ਸੋ ਬਿਹਤਰ ਕੀ ਹੈ ਕਿ ਆਪਣੇ ਸਾਰੀ ਸਰਟੀਫਿਕੇਟ ਸਕੈਨ ਕਰਕੇ ਆਪਣੀ ਮੇਲ ਵਿੱਚ ਰੱਖੋ ਜਾਂ ਆਪਣੀ ਪੈਨ ਡਰਾਈਵ ਵਿੱਚ ਰੱਖੋ ਜਾਂ ਆਪਣੇ ਫੋਨ ਵਿੱਚ ਰੱਖੋ, ਤਾਂ ਕਿ ਜਦੋਂ ਜਿੱਥੇ ਜਿਹੜੀ ਵੀ ਭਰਤੀ ਆਵੇ ਤੁਸੀਂ ਉਸ ਸਕੈਨ ਕੀਤੇ ਸਰਟੀਫਿਕੇਟ ਤੋਂ ਸਕਰੀਨਸ਼ੋਟ ਲੈ ਕੇ ਜਾਂ ਉਹ ਸਕੈਨ ਕੀਤੇ ਸਰਟੀਫਿਕੇਟਸ ਦੀ ਕੋਈ PDF ਜਾਂ ਕੋਈ ਵੀ ਜੋ ਹੈ ਉਹ ਤੁਸੀਂ ਨਾਲ ਅਟੈਚ ਕਰ ਸਕੋ ਅਤੇ ਫੋਰਮ ਭਰਨ ਦੀ ਪ੍ਰਕਿਰਿਆ ਜਿਹੜੀ ਤੁਹਾਡੀ ਸਿਰਫ 2 ਮਿੰਟ ਦੇ ਵਿੱਚ ਕੰਪਲੀਟ ਹੋ ਜਾਵੇ। ਮੈਨੂੰ ਆਸ ਹੈ ਇਹ ਜਿਹੜੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਉਹ ਤੁਹਾਡੇ ਕੰਮ ਆਉਣਗੀਆਂ। ਇਸ ਵੀਡੀਓ ਨੂੰ ਕੇਵਲ ਆਪਣੇ ਤੱਕ ਸੀਮਤ ਨਹੀਂ ਰੱਖਣਾ, ਵੱਧ ਤੋਂ ਵੱਧ ਨੌਜਵਾਨਾਂ ਦੇ ਵਿੱਚ ਇਹਨੂੰ ਸ਼ੇਅਰ ਕਰੋ, ਚੈਨਲ ਦਾ ਲਿੰਕ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਬਹੁਤ ਜਲਦ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਸਾਹਮਣੇ ਮੁਖਾਤਿਬ ਹੋਵਾਂਗੇ। ਸ਼ੁਕਰੀਆ।